ਅੱਜ ਅੰਤਰਰਾਸ਼ਟਰੀ ਪੰਦਰ ਤੇ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਆਓ ਉਹਨਾਂ ਮਜ਼ਦੂਰਾਂ ਦੇ ਬਾਰੇ ਇੱਕ ਕਵਿਤਾ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਸੁਰਤੀਆਂ ਅਭਿਰਤਿਆਂ ਕਾਗਰ ਕਰਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀਓ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਉੱਤੇ ਆਓ ਅੱਜ ਮਜ਼ਦੂਰਾਂ ਦੀ ਗੱਲ ਕਰੀਏ ਮਾਨਵ ਜੋਨੀ ਚ ਭੋਗ ਰਹਿ ਜੂਨ ਜਿਹੜੇ ਉਹਨਾਂ ਪੂਰਾ ਦੇ ਪੂਰਾ ਦੀ ਗੱਲ ਕਰੀਏ ਕੰਮ ਕਰਨ ਜੋ ਕਈ ਮਜਬੂਰ ਹੋ ਕੇ ਅੱਜ ਉਹਨਾਂ ਮਜਬੂਰਾਂ ਦੀ ਗੱਲ ਕਰੀਏ ਆਪਣਾ ਖੂਨ ਪਸੀਨਾ ਵਹਾਉਣ ਜਿਹੜੇ ਉਹਨਾਂ ਸ਼ਾਹ ਮਨਸੂਰਾਂ ਦੀ ਗੱਲ ਕਰੀਏ ਆਪਣਾ ਖੂਨ ਪਸੀਨਾ ਵਹਾਉਣ ਜਿਹੜੇ ਉਹਨਾਂ ਸ਼ਾਹ ਮਨਸੂਰਾਂ ਦੀ ਗੱਲ ਕਰੀਏ ਸਾਰੀ ਉਮਰ ਹੀ ਮਿਹਨਤਾਂ ਕਰਨ ਦੇ ਲਈ ਘਰ ਕਾਮਿਆਂ ਦੇ ਪੈਂਦੇ ਜੰਮ ਕਾਮੇ ਕਾਰੋਬਾਰਾਂ ਦੇ ਮੁਖੀ ਅਮੀਰ ਹੁੰਦੇ ਪਰ ਕਾਰੋਬਾਰਾਂ ਦੇ ਹੁੰਦੇ ਨੇ ਥੰਮ ਕਾਮੇ ਜਿਹੜਾ ਕੰਮ ਕਰਵਾਉਣਾ ਨੇ ਉਹ ਚਾਹੁੰਦੇ ਉਹ ਹੀ ਉਹ ਕਰਦੇ ਨੇ ਹਰ ਕੰਮ ਕਾਮੇ ਤੇ ਫਿਰ ਵੀ ਮਿਹਨਤ ਦਾ ਪੂਰਾ ਨਹੀਂ ਫਲ ਮਿਲਦਾ ਸਾਰੀ ਜ਼ਿੰਦਗੀ ਰਹਿੰਦੇ ਵਿੱਚ ਗਮ ਕਾਮੇ ਫਿਰ ਵੀ ਮਿਹਨਤ ਦਾ ਪੂਰਾ ਨਹੀਂ ਫਲ ਮਿਲਦਾ ਸਾਰੀ ਜ਼ਿੰਦਗੀ ਰਹਿੰਦੇ ਵਿੱਚ ਗਮ ਕਾਮੇ ਤੋਂ ਇੱਕ ਗੱਲ ਹੋਰ ਪੰਛੀ ਝਾਤ ਅੱਜ ਇਹਨਾਂ ਤੇ ਮਾਰ ਲਈਏ ਪੰਛੀ ਝਾਤ ਅੱਜ ਇਹਨਾਂ ਤੇ ਮਾਰ ਲਈਏ ਕੰਮ ਕਰਦੇ ਨੇ ਕਿਵੇਂ ਹਰ ਸਾਹ ਕਾਮੇ ਬੜੇ ਔਖੇ ਤੂੰ ਔਖਾ ਵੀ ਕੰਮ ਕਰਕੇ ਸਿੱਧਾ ਪੱਧਰਾ ਕਰਦੇ ਰਾਹ ਕਾਮੇ ਓਵਰ ਟਾਈਮ ਵੀ ਸਦਾ ਹੀ ਰਹਿਣ ਲਾਉਂਦੇ ਤੇ ਕਰਨ ਲਈ ਇਹ ਜੀਵਨ ਹੈ ਨਿਰਵਾ ਕਾਮੇ ਉਹਦਾ ਕੰਮ ਨਹੀਂ ਕੋਈ ਵੀ ਕਰ ਸਕਦਾ ਜਿੱਦਾਂ ਕਰਦੇ ਨੇ ਨਾਲ ਉਤਸ਼ਾਹ ਕਾਮੇ ਉਹਦਾ ਕੰਮ ਨਹੀਂ ਕੋਈ ਵੀ ਕਰ ਸਕਦਾ ਜਿੱਦਾਂ ਕਰਦੇ ਨੇ ਨਾਲ ਉਤਸ਼ਾਹ ਕਾਮੇ ਆ ਕੇ ਪਿੰਡਾਂ ਚੋਂ ਲੇਬਰ ਚੌਂਕ ਦੇ ਵਿੱਚ ਕੰਮ ਕਰਨ ਦੀ ਉਮੀਦ ਲਗਾ ਰਹੇ ਨੇ ਆਕੇ ਪਿੰਡਾਂ ਚੋਂ ਲੇਬਰ ਚੌਂਕੇ ਅੰਦਰ ਕੰਮ ਮਿਲਣ ਦੀ ਉਮੀਦ ਲਗਾ ਰਹੇ ਨੇ ਇਹ ਕਿ ਆਉਂਦਾ ਤਾਂ ਅੱਗੋਂ 100 100 ਆਕੇ ਕੰਮ ਦੇਣ ਲਈ ਤਰਲੇ ਪਾਰੇ ਨੇ ਸਾਰਾ ਦਿਨ ਜੇ ਕੋਈ ਨਹੀਂ ਕੰਮ ਮਿਲਦਾ ਭੁੱਖੇ ਪਿਆਸੇ ਹੀ ਰਾਣੂ ਜਾ ਰਹੇ ਨੇ ਪਰ ਗਰਮੀ ਚ ਕਣਕਾਂ ਵੱਢਦੇ ਨੇ ਤੇ ਖੇਤਾਂ ਵਿੱਚ ਹੀ ਸਮਾਂ ਬਿਤਾ ਰਹੇ ਨੇ ਗਰਮੀ ਸਰਦੀ ਚ ਖੇਤਾਂ ਦੇ ਵਿੱਚ ਰਹਿ ਕੇ ਖੇਤਾਂ ਵਿੱਚ ਹੀ ਸਮਾਂ ਬਿਤਾ ਰਹੇ ਨੇ ਤੋਂ ਜੂਨ ਜੁਲਾਈ ਦੀ ਹਮਸ ਦੇ ਵਿੱਚ ਖੜ ਕੇ ਜੂਨ ਜੁਲਾਈ ਦੀ ਹੰਮਸ ਦੇ ਵਿੱਚ ਖੜ ਕੇ ਝੋਨੇ ਦੀ ਪਨੀਰੀ ਲਗਾ ਰਹੇ ਨੇ ਧਰਤੀ ਥੱਲੇ ਇਹ ਖਾਣਾ ਵਿੱਚ ਕੰਮ ਕਰਕੇ ਸਾਦੀ ਬਿਮਾਰੀ ਲਗਵਾ ਰਹੇ ਨੇ ਸਾਰੀ ਰਾਤ ਹੀ ਰੇਲਾਂ ਦੀਆਂ ਪਟੜੀਆਂ ਤੇ ਕਦੇ ਆ ਰਹੇ ਨੇ ਕਦੇ ਜਾ ਰਹੇ ਨੇ ਹਾਈਵੇ ਤੇ ਕੜਕ ਦੀ ਧੋਪੇ ਅੰਦਰ ਕਦੀ ਪੁਲ ਕਦੀ ਸੜਕਾਂ ਬਣਾ ਰਹੇ ਨੇ ਹਾਈ ਵੇਅ ਤੇ ਕਣਕ ਦੀ ਧੋਪੇ ਅੰਦਰ ਕਦੀ ਪੁਲ ਤੇ ਸੜਕਾਂ ਬਣਾ ਰਹੇ ਨੇ ਕਾਰਖਾਨਿਆਂ ਵਿੱਚ ਵੀ ਦਿਨ ਰਾਤਿ ਕਾਰਖਾਨਿਆਂ ਵਿੱਚ ਵੀ ਦਿਨ ਰਾਤਿ ਕੈਮੀਕਲਾਂ ਦੀ ਜ਼ਹਿਰ ਲੰਘਾ ਰਹੇ ਨੇ ਆ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਰੁੱਖੀ ਮਿੱਸੀ ਵਾਸੇ ਖਾਰੇ ਨੇ ਸੁਖ ਦੇਣ ਲਈ ਹੋਰਾਂ ਦੀ ਜ਼ਿੰਦਗੀ ਨੂੰ ਸੁਖ ਦੇਣ ਲਈ ਹੋਰਾਂ ਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਦਾਤ ਲਾ ਰਹੇ ਨੇ ਆਪਣੀ ਪੇਟ ਦੀ ਅੱਗ ਬੁਝਾਉਣ ਖਾਤਰ ਅੱਗ ਆਪਣੇ ਚਾਵਾਂ ਨੂੰ ਲਾ ਰਹੇ ਨੇ ਆਪਣੇ ਪੇਟ ਦੀ ਅੱਗ ਬੁਝਾਉਣ ਖਾਤਰ ਅੱਗ ਆਪਣੇ ਚਾਵਾਂ ਨੂੰ ਲਾ ਰਹੇ ਨੇ ਇੱਕ ਗੱਲ ਹੋਰ ਅੱਜ ਦੇ ਸਮੇਂ ਦੀ ਕਰਨ ਜਾ ਰਿਆਂ ਇਹਨਾਂ ਦੀ ਹਾਲਤ ਕੀ ਹੈ ਚੱਲ ਰਿਹਾ ਕਰੋਨਾ ਦਾ ਕਹਿਰ ਹਰ ਥਾਂ ਚੱਲ ਰਿਹਾ ਕਰੋਨਾ ਦਾ ਕਹਿਰ ਹਰ ਥਾਂ ਤੇ ਬੰਦੇ ਲੱਖਾਂ ਹੀ ਰਿਆ ਇਹ ਮਾਰ ਅੱਜਕੱਲ ਠੱਲ ਪਾਉਣ ਲਈ ਇਸ ਦੇ ਵੇਗ ਤਾਂ ਹੀ ਕੋਸ਼ਿਸ਼ ਕਰ ਰਹੀ ਹਰ ਸਰਕਾਰ ਅੱਜਕੱਲ ਦੋ ਵੇਲੇ ਦੀ ਰੋਟੀ ਨੂੰ ਤਰਸ ਰਹੇ ਨੇ ਕੰਮ ਕਰਨ ਲਈ ਦਿਹਾੜੀਦਾਰ ਅੱਜਕੱਲ ਵਿਲਕ ਰਹੇ ਨੇ ਘਰਾਂ ਦੇ ਵਿੱਚ ਬੱਚੇ ਭੁੱਖੇ ਸੌਂ ਰਹੇ ਕਈ ਪਰਿਵਾਰ ਅੱਜਕੱਲ੍ਹ ਵਿਲਕ ਰਹੇ ਨੇ ਘਰਾਂ ਦੇ ਵਿੱਚ ਬੱਚੇ ਤੇ ਭੁੱਖੇ ਸੌਂ ਰਹੇ ਕਈ ਪਰਿਵਾਰ ਅੱਜਕੱਲ੍ਹ ਆਖਰੀ ਬੰਦ ਇਸ ਕਵਿਤਾ ਦਾ ਦੁਖੀ ਲੋਕਾਂ ਦੇ ਦੁੱਖ ਵੰਡਾਉਣ ਦੇ ਲਈ ਇਹਨਾਂ ਵੱਲ ਹੁਣ ਸਭ ਦਾ ਮੁਖ ਹੋਵੇ ਦੁਖੀ ਲੋਕਾਂ ਦੇ ਦੁੱਖ ਵੰਡਾਉਣ ਦੇ ਲਈ ਇਹਨਾਂ ਵੱਲ ਹੁਣ ਸਭ ਦਾ ਮੁਖ ਹੋਵੇ ਭੁੱਖਾ ਕੋਈ ਨਾ ਸੌਵੇਂ ਵਿੱਚ ਦੁਨੀਆ ਤੇ ਇਸ ਗੱਲ ਵੱਲ ਸਭ ਦਾ ਰੁਖ ਹੋਵੇ ਬਣਾਏ ਯੋਜਨਾ ਐਸੀ ਸਰਕਾਰ ਕੋਈ ਭੁੱਖਾ ਕਦੇ ਨਾ ਕੋਈ ਮਨੁੱਖ ਹੋਵੇ ਮਜ਼ਦੂਰ ਦਿਲਸ ਤੇ ਜਾਚ ਕੇ ਅਰਦਾਸ ਕਰਦਾ ਹਰ ਤਰ੍ਹਾਂ ਦਾ ਇਹਨਾਂ ਨੂੰ ਸੁੱਖ ਹੋਵੇ ਮਜ਼ਦੂਰ ਦਿਲਸ ਤੇ ਜਾਚ ਕੇ ਅਰਦਾਸ ਕਰਦਾ ਹਰ ਤਰ੍ਹਾਂ ਦਾ ਇਹਨਾਂ ਨੂੰ ਸੁੱਖ ਹੋਵੇ ਹਰ ਤਰ੍ਹਾਂ ਦਾ ਇਹਨਾਂ ਨੂੰ ਸੁੱਖ ਹੋਵੇ ਹਰ ਤਰ੍ਹਾਂ ਦਾ ਇਹਨਾਂ ਨੂੰ ਸੁੱਖ ਹੋਵੇ ਹਰ ਤਰ੍ਹਾਂ ਦਾ ਇਹਨਾਂ ਨੂੰ ਸੁੱਖ ਹੋਵੇ